अच्छा ओके लेट हो मैं। दीदी आप आ रहा हूं। हाय मैं लेट हो गई। दीदी मेरी गल सुनो। हां जी हां जी फड़ो मेरे पर्स। ਉਹਨਾਂ ਹੈਰੀ ਨੂੰ ਮੈਂ ਸਕੂਲ ਛੱਡਤਾ ਸੀਗਾ ਅੱਜ ਮੈਂ ਲੇਟ ਹੋ ਗਈ ਠੀਕ ਹੈ ਤੇ ਤੁਸੀਂ ਉਹਨੂੰ ਲੈ ਆਇਓ ਤੇ ਜੇ ਮੈਂ ਲੇਟ ਹੋ ਗਈ ਨਾ ਆਫਿਸ ਤੋਂ ਅੱਜ ਮੈਨੂੰ ਥੋੜਾ ਕੰਮ ਆ ਹਾਈ ਟਾਈਮ ਬਹੁਤ ਹੋ ਗਿਆ ਮੈਨੂੰ ਥੋੜਾ ਕੰਮ ਆ ਜੇ ਮੈਂ ਲੇਟ ਹੋ ਗਈ ਤੇ ਤੁਸੀਂ ਹੈਰੀ ਨੂੰ ਮਤਲਬ ਕਿ ਪੜਾ ਦਿਓ ਪਲੀਜ਼ ਹੈ ਨਾ ਇੰਨਾ ਕੁ ਦੇਖ ਲਓ ਪੜਾ ਦੂੰਗੀ ਕੋਈ ਗੱਲ ਓਕੇ ਨਾ ਬਾਏ ਟੇਕ ਕੇਅਰ ਮੰਮੀ ਚੰਗਾ ਮੈਂ ਚੱਲਦੀ ਆ ਕੋਈ ਨਾ ਜਾ ਪੁੱਤ ਠੀਕ ਹੈ ਮੈਂ ਮੰਮੀ ਜੇ ਲੇਟ ਹੋ ਗਈ ਨਾ ਥੋੜਾ ਧਿਆਨ ਰੱਖਿਓ ਚੰਗਾ ਆਪਣਾ ਵੀ ਨਾਲੇ ਹੈਰੀ ਦਾ ਵੀ ਕੋਈ ਨਹੀਂ ਧਿਆਨ ਤਾਂ ਰੱਖ ਰੋਟੀ ਖਾਧੀ ਹੈ ਤੇ ਬਸ ਮੈਂ ਲੈ ਲਈ ਹੈ ਰੋਟੀ ਓਕੇ ਬਾਏ ਫੇਰ ਸੇ ला प्रीता आजी मम्मी की करी जानी है रोटी बनाऊंगी सी अपने लिए मम्मी इतना टाइम हां पहला हैरी नु टिफिन तैयार करके हैरी नु स्कूल छोड़ के आई हां फिर उन्हें दीदी ने जाना सी उन्होंने लिए आलू वाले परांठे बनाए अलग अच्छा फिर भी इतना टाइम नहीं लगना चाहिदा तो दोपहरा आने वाला हो गया नहीं नहीं मम्मी उन्होंने टिफिन दोनों दा तैयार करने सी नाले रोज हैरी नु छोड़ के आना सीगा इतना तो काम सीगा मेनू तो इन्हां दी समझ ही नहीं आउंदी ਇਹ ਸਾਰਾ ਦਿਨ ਘਰ ਦੇ ਕੰਮ ਚ ਹੀ ਖਰਾਬ ਕਰ ਦਿੰਦੀ ਆ ਉਹ ਵਿਚਾਰੀ ਨੇ ਨਾ ਰੋਟੀ ਖਾਧੀ ਆ ਸਵੇਰ ਦੀ ਗਈ ਹੋਈ ਆ ਕੰਮ ਕਰ ਤੇ ਆਪਦੇ ਪਤਾ ਹੀ ਨਹੀਂ ਲੱਗਦਾ ਹੈਗਾ ਇਹਨੂੰ ਵੀ ਕਿਵੇਂ ਕੰਮ ਕਰਨਾ ਕਿਵੇਂ ਨਹੀਂ ਉਹਨੇ ਥੱਕੀ ਹਾਰੀ ਨੇ ਆਉਣਾ ਵਿਚਾਰੀ ਨੇ ਕਦੀ ਰੋਟੀ ਖਾਧੀ ਹੋਣੀ ਉੱਥੇ ਖਣੀ ਨਹੀਂ ਰੋਟੀ ਇੰਨਾ ਟਾਈਮ ਰੋਟੀ ਬਣਾਉਣ ਨੂੰ ਹੈ ਨਹੀਂ ਮੰਮੀ ਟਾਈਮ ਤਾਂ ਨਹੀਂ ਲੱਗਿਆ ਤੁਹਾਨੂੰ ਉਹੀ ਲੱਗਦਾ ਬਹੁਤ ਟਾਈਮ ਹੋ ਗਿਆ ਰੋਟੀ ਨੂੰ ਲੱਸਾ ਕੋਈ ਦਾਲ ਬਣਾਈ ਹੋਈ ਆ ਅਟਮਾਣੀ ਜਾਂ ਦਾਲ ਬਣਾ ਕੇ ਧਰਤੀ ਮੇਰੇ ਮੂਹਰੇ ਰੋਟੀਆਂ ਉਹ ਨਹੀਂ ਕਿਸੇ ਕੰਮ ਦੀਆਂ ਸਾਰਾ ਦਿਨ ਬਸ ਵਿਹਲੇ ਚ ਕੱਢਦੀ ਆ ਇਹ ਪਤਾ ਹੀ ਨਹੀਂ ਲੱਗਦਾ ਇਹਨੂੰ ਵੀ ਕੀ ਕਰਨਾ ਕੀ ਨਹੀਂ ਲੂਣ ਲਿਆ ਕਿਤੇ ਲੂਣ ਹੈ ਨਹੀਂ ਇਹਦੇ ਵਿੱਚ ਇਹ ਕੋਈ ਦਾਲ ਆ ਹਾਂਜੀ ਮੰਮੀ ਮੈਨੂੰ ਲੂਣ ਲੈ ਲਓ ਸਾਰਾ ਦਿਨ ਵਿਹਲੀ ਰਹਿ ਕੇ ਆ ਹੁਣ ਥਾਈ ਦੋ ਰੋਟੀਆਂ ਆਟਮਾਣੀ ਜਾਂ ਦਾਲ ਬਣਾ ਕੇ ਮੇਰੇ ਮੋਥੇ ਮਾਰੀ ਵਿੱਚ ਲੂਣ ਨਾ ਮਿਰਚ ਉਹ ਲਿਆਓ ਜਲਦੀ ਰੋਟੀ ਯਾਰ ਲੇਟ ਹੋ ਗਿਆ ਯਾਰ ਬੜਾ ਆ ਗਈ ਆ ਗਈ ਆ ਗਈ ਕੀ ਬਣਾਇਆ ਆਲੂ ਮਟਰ ਹਾਂਜੀ ਹਾਂਜੀ ਆਲੂ ਮਟਰ ਬਣਾਏ ਸੀ ਮੂੰਗ ਕੱਟਾ ਹਾਂਜੀ ਥੋੜਾ ਜਿਹਾ ਕੱਟਣਾ ਉਹ ਕੀ ਬੋਲ ਲੱਗੀ ਸੀ ਮੈਨੂੰ ਤਾਂ ਯਾਰ ਪਾਣੀ ਵੀ ਲਿਆ ਦੇ ਬੜਾ ਯਾਰ ਪਾਣੀ ਲਿਆ ਦੇ ਸਬਜ਼ੀ ਬਹੁਤ ਸਵਾਦ ਬਣੀ ਹੈ ਯਾਰ ਸਬਜ਼ੀ ਬਹੁਤ ਵਧੀਆ ਬਣੀ ਆ ਅੱਛਾ ਮੰਮੀ ਤਾਂ ਕਹਿੰਦਾ ਸੀ ਬੇਕਾਰ ਸਬਜ਼ੀ ਬਣੀ ਆ ਜੱਕੜ ਪਾਣੀ ਜੇ ਨਹੀਂ ਉਦਾਂ ਹੀ ਕਹਿੰਦੀ ਹੋਣੀ ਮਜ਼ਾਕ ਕਰਦੇ ਹੋ ਤੇਰੇ ਨਾਲ ਨਹੀਂ ਨਹੀਂ ਮੰਮੀ ਤਾਂ ਬਹੁਤ ਗੁੱਸੇ ਨਾਲ ਬੋਲਦੇ ਪਏ ਸੀ ਕਿ ਕਹਿੰਦੇ ਬਿਲਕੁਲ ਸਵਾਦ ਨਹੀਂ ਬਣੀ ਹੈਗੀ ਸਬਜ਼ੀ ਕਹਿੰਦੇ ਉਹੀ ਗਾਲੇ ਪਾ ਕੇ ਰੱਖ ਦਿੰਦੀ ਹੈ ਨਹੀਂ ਤਾਂ ਬਹੁਤ ਸਵਾਦ ਬਣੀ ਆ ਚਲ ਠੀਕ ਆ ਫਿਰ ਮੈਂ ਹੈਰੀ ਸਕੂਲੋਂ ਲੈ ਕੇ ਆਵਾਂ ਠੀਕ ਆ ਠੀਕ ਆ ਆਜਾ ਬੱਚੇ ਆ ਗਿਆ ਚਾਚੀ ਬੈਠ ਜਲਦੀ ਜਲਦੀ ਕੱਢ ਲੈ ਕਿਹੜਾ ਨਾਲ ਕਾਦਾ ਪੇਪਰ ਆ ਕੱਢਣਾ ਛੇਤੀ ਕਾਪੀ ਪੇਪਰ ਇੰਗਲਿਸ਼ ਦਾ ਇੰਗਲਿਸ਼ ਦਾ ਟਿਊਸ਼ਨ ਵਾਲੀ ਨੇ ਵਧੀਆ ਪੜਾਇਆ ਅੱਜ ਹਾਂਜੀ ਕੱਢ ਲੈ ਕਾਪੀ ਕਾਪੀ ਇੰਗਲਿਸ਼ ਦੀ ਉੱਥੇ ਤਾਂ ਨਹੀਂ ਭੁੱਲਿਆ ਟਿਊਸ਼ਨ ਤੇ ਹੀ ਨਹੀਂ ਬੈਠੀ ਹੋਈ ਮੰਮੀ ਕਹਿ ਗਈ ਸੀ ਤੇਰੀ ਕਹਿੰਦੀ ਚੰਗੀ ਤਰ੍ਹਾਂ ਪੜਾ ਦਿਓ ਹੈਰੀ ਨੂੰ ਬਾਹਰ ਨਹੀਂ ਖੇਡਣ ਜਾਣਾ ਠੀਕ ਆ ਚੱਲ
कर ला ਹੁੰਦੀ ਐਪਲੀਕੇਸ਼ਨ ਇਹ ਹਾਂਜੀ ਚਲ ਇੱਕ ਵਾਰ ਰੀਡ ਕਰ ਲਾ ਫਿਰ ਉਸ ਤੋਂ ਬਾਅਦ ਲਿਖਾ ਕੇ ਦੇਖਦੀ ਹਾਂ ਠੀਕ ਆ ਮੇਰ ਮਿਸਟੇਕ ਦਾ ਪਤਾ ਲੱਗ ਜੂਗਾ ਜੇ ਕੁਝ ਖਾਣਾ ਖੁਣਾ ਹੋਊਗਾ ਤਾਂ ਮੈਨੂੰ ਦੱਸ ਦੀ ਠੀਕ ਆ ਖਾਣਾ ਕੁਝ ਹਲੇ ਨਹੀਂ ਖਾਣਾ मेरी गल सुनो जे थोन कुछ चाहिए मेन दस दो ठीक है जो समान समून लेके आना ना ओरी भी लिस्ट मेनू दे दो कोई गल पेपर हाँ हाँ दीदी मैं ट्यूशन तो लिया के जदी पढ़ा लिया सी उन्हें सच्ची मैंने यही हुंदा है कि ट्यूशन वाले कहीं पढ़ाते हैं चाचा कहीं नहीं पढ़ाते क्योंकि मैं करा उन्हें जाके मीटिंग करती है ना मिल भी नहीं पाती मैं उन्होंने चलो कोई गल नहीं तुम बस ठीक है उन्होंने देख लिया ना ठीक है मैं चेंज कर ला ले आ लो पैसे मम्मा मैं तो ठीक है दीदी मम्मी थानू चाह बना था मैं दीदी चाह बना लगी हाँ कोई गल नहीं पहला उन्होंने दे बाहरों आई है आहो आहो उन्होंने चाह बना मैं देख ला मेरी बड़ी ना कितनी चंगी आ ये छोटी आ ये तो करदा भी नहीं काम हुंदा हैगा रोटी नू भी सारा दिन ही लंघा दिंदी आ हौली हौली पता ही नहीं लगदा हैगा ਹਾਂ ਥੈਂਕ ਯੂ ਸੋ ਮਚ ਤੁਸੀਂ ਕਿੰਨਾ ਤਰ੍ਹਾਂ ਦੀ ਧਿਆਨ ਕਰਦੇ ਹੋ ਤਾਂ ਕੀ ਹੋਇਆ ਫਿਰ ਕੀ ਹੋਇਆ ਮੇਰੀ ਗੱਲ ਸੁਣੋ ਹੈਰੀ ਨੂੰ ਪੀਸ ਲੈ ਆਇਆ ਚੰਗਾ ਟਾਈਮ ਹਾਂ ਹਾਂ ਮੈਨੂੰ ਯਾਦ ਆ ਚਲੋ ਠੀਕ ਆ ਓਕੇ ਮੰਮੀ ਕਿੱਥੇ ਨੇ ਮੰਮੀ ਅੰਦਰ ਹੀ ਨੇ ਚਲੋ ਮੰਮੀ ਬਾਏ ਬਾਏ ਲਾਪ੍ਰੀਤ ਹਾਂਜੀ ਮੰਮੀ ਕੀ ਕਰਨ ਲੱਗੀ ਸੀ ਚਾਹ ਬਣਾਉਂਦੀ ਸੀ ਮੈਨੂੰ ਪੈਸੇ ਦੇ ਥੋੜੇ ਘਣੇ ਮੈਨੂੰ 3000 ਰੁਪਏ ਦੀ ਲੋੜ ਆ ਦੇ ਉਹਨੇ ਮੈਂ ਕਿੱਥੋਂ ਪੈਸੇ ਚਾਹੀਦਾ ਵਾ ਮੈਂ ਕਿੱਥੋਂ ਪੈਸੇ ਦੇ ਦਵਾਂ ਕਿਉਂ ਮੈਂ ਕਿਹੜਾ ਕਿਤੇ ਕੰਮ ਕਰਨ ਜਾਂਦੀ ਆ ਤੇ ਤੂੰ ਨਹੀਂ ਕੰਮ ਕਰਦੀ ਘਰ ਵਾਲਾ ਤਾਂ ਤੇਰੇ ਕਰਦਾ ਵਾ ਮੰਮੀ ਹੁਣ ਘਰ ਦੇ ਵਿੱਚ ਖਰਚਾ ਅਸੀਂ ਕਰਦੇ ਤਾਂ ਹੈਗੇ ਆ ਹੋਰ ਵੀ ਸਾਨੂੰ ਬਹੁਤ ਖਰਚੇ ਨੇ ਖਰਚੇ ਤਾਂ ਹੈਗਾ ਇੰਨੇ ਕ ਤਾਂ ਰੱਖੇ ਹੀ ਹੋਣਗੇ ਤੇ ਦੇਖ ਕੇ ਦੇ ਮੈਨੂੰ ਮੰਮੀ ਨਹੀਂ ਜਾਂਦੀ ਤੇ ਕੋ ਨਹੀਂ ਹੈਗੇ ਜੇ ਹੁੰਦੇ ਮੈਂ ਤੁਹਾਨੂੰ ਦੇ ਹੀ ਦੇਣੇ ਸੀ ਪੈਸੇ ਮੈਨੂੰ ਜ਼ਰੂਰ ਦਵੋ 3000 ਰੁਪਈਆ ਮੰਮੀ ਤੁਹਾਨੂੰ ਪਤਾ ਤਾਂ ਹੈ ਘਰ ਦੇ ਖਰਚੇ ਦੇ ਵਿੱਚ ਸਾਰਾ ਦਾ ਖਰਚਾ ਅਸੀਂ ਕਰਦੇ ਆ ਹੁਣ ਸਾਰਾ ਉੱਥੇ ਚੱਲ ਜਾਂਦੇ ਨੇ ਇਹਨੇ ਕਿੰਨੇ ਕ ਪੈਸੇ ਕਮਾਉਂਦੇ ਨੇ ਇਹ ਵੀ ਜਿਹੜੇ ਮੈਂ ਤੁਹਾਨੂੰ 3000 ਲੱਗ ਤੋਂ ਦੇ ਦਵਾਂ ਲੱਗ ਤੋਂ ਦੇਣ ਦੀ ਤੇ ਜਿਹੜੀ ਗੱਲ ਹੈ ਵੱਖਰੀ ਤੈਨੂੰ ਪਤਾ ਹੀ ਆ ਸਵੇਰ ਤੋਂ ਜਾਂਦੀ ਆ ਰੋਜੀ ਵਿਚਾਰੀ ਸਾਰਾ ਦਿਨ ਕੰਮ ਕਰਦੀ ਆ ਫਿਰ ਪੇਮੈਂਟ ਮਿਲੀ ਉਹਨੂੰ ਤੇ ਸਾਰੀ ਮੇਰੇ ਲਿਆ ਕੇ ਹੱਥ ਤੇ ਧਰੀ ਉਹਨੇ ਫਿਰ ਮੈਨੂੰ ਪੁੱਛਿਆ ਕਹਿੰਦੀ ਮੰਮੀ ਜੋ ਤੈਨੂੰ ਚਾਹੀਦਾ ਤੈਨੂੰ ਮੈਂ ਲਿਆ ਦਿੰਦੀ ਆ ਚੱਕ ਆਪਦਾ ਰਾਸ਼ਨ ਪਾਣੀ ਲਿਆਓ ਕਰਦਾ ਤੇ ਮੰਮੀ ਮੈਂ ਵੀ ਤਾਂ ਸਾਰਾ ਦਿਨ ਘਰੇ ਕੰਮ ਕਰਦੀ ਆ ਜਿਵੇਂ ਘਰੇ ਤੂੰ ਕੁਝ ਨਹੀਂ ਕਰਦੀ ਹੈਗੀ ਮੈਨੂੰ ਪਤਾ ਸਾਰਾ ਦਿਨ ਕਿੰਨਾ ਕੁ ਕੰਮ ਹੁੰਦਾ ਕਿਤੇ ਘਰੇ ਕੋਈ ਕੰਮ ਨਹੀਂ ਕਰੇ ਹੈਗਾ ਇੰਨਾ ਸਵੇਰ ਤੋਂ ਲੈ ਕੇ ਮੰਮੀ ਸ਼ਾਮ ਤੱਕ ਤਾਂ ਮੈਂ ਸਾਰਾ ਕੰਮ ਕਰਦੀ ਆ ਤੇ ਤੁਸੀਂ ਕਹਿੰਦੇ ਮੈਂ ਕੋਈ ਕੰਮ ਨਹੀਂ ਕਰਦੀ ਹੈਗੀ ਇਹ ਗੱਲ ਹੋ ਗਈ ਫਿਰ ਕੰਮ ਦੀ ਨਕਾਜ ਦੀ ਦੁਸ਼ਮਣਾ ਨਾਜ ਦੀ ਚਲ ਕੰਮ ਕਰ ਆਪਦਾ ਸਾਰਾ ਕੰਮ ਮੁੱਕੜੀ ਪਿਆ ਵਾ ਸਾਰਾ ਦਿਨ ਵਿਹਲੀ ਰਹਿ ਕੇ ਕੋਈ ਕੰਮ ਨਹੀਂ ਕਰਨੀ ਲਵਪ੍ਰੀਤ ਹਾਂ ਜੀ ਦੀਦੀ ਕੀ ਹੋਇਆ ਅੱਜ ਮੈਂ ਇੰਨੀ ਖੁਸ਼ ਹਾਂ ਨਾ ਜੀ ਖੁਸ਼ ਹਾਂ ਸੱਚੀ ਮੈਂ ਤੇਰੇ ਸਾਥ ਕੀ ਹੋ ਰਿਹਾ ਆਈ ਐਮ ਸੋ ਹੈਪੀ ਕੀ ਹੋ ਰਿਹਾ ਜੀ ਪ੍ਰਮੋਸ਼ਨ ਹੋ ਗਈ ਓ ਕੰਗ੍ਰੈਚੁਲੇਸ਼ਨ ਦੀਦੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੋ ਹੋਰ ਦੱਸ ਹੈਰੀ ਕਿੱਥੇ ਆ ਹੈਰੀ ਇੱਥੇ ਘਰੇ ਹੋਣਾ ਵਾ ਅੰਦਰ ਹੀ ਹੋਣਾ ਉਧਰ ਬੈਠਾ ਅੱਛਾ ਚਲ ਆ ਲਾ ਅੰਦਰ ਆ ਬੰਦੇ ਗਿਫਟ ਲਾਉਣ ਦੇ ਵਾਸਤੇ ਗਿਫਟ ਲੈ ਕੇ ਆਇਆ ਅੱਛਾ ਮੇਰੇ ਲਈ
मेरे लिए की लोड आ दी गिफ्ट दी ओहो तू खोल के देख पाया मैं दस तेन पसंद फिर मैं तेन दसू तेन लोड सी के नहीं सी लवप्रीत अच्छा हां बहुत सोहना है सड़ियां है ना हां लवप्रीत पसंद भी है तेनु कि नहीं मेनू बहुत सोहनीया लगियां दीदी जे नहीं फिर तो अपन चेंज कर ले हां नहीं नहीं बहुत सोहनीया वा दीदी जान जरा दी तन्नू की लोड पे सी इतना खर्चा करन दी ओहो मैं एदा ही खुश हां एदा ही खुश दी गल नहीं है कि चुप करके इनू इत्थे रख ते अपने कोले रख क्यों नहीं लोड हैगी की लोड सी रुची हुई ता मैं कहना मैं इतना खर्चा कीता होना ता हद होगी रणे तन्नू पता भी है इने मेनू किड्डी वड्डी खुशी दित्ती है लवप्रीत सवेरे उठ गया मेरा टिफिन पैक कर दिया हैरी नू मेरी हेल्प कर दिया हैरी नू तैयार करवाने दे विच फिर मैं स्कूल छड़ के उन्हें लेके आउंदी उन्हें पढ़ाउंदी ट्यूशन तो आई नू सांभदी आ जे सारा कुछ ये ना करे मैं खुद करना होवे तो फिर मैं जॉब कित्थों करा पता एक तरह दा हेल्पिंग हैंड आ मेरा ये पर किसी नू तां घर दे विच आई लगदा कि मैं कुछ करदी रही नहीं देख मेरी गल सुन किसी नू लगे चाहे ना लगे पर मैनू पता मैं सारा कुछ तेरे करके होया तू मेरी सच्ची विच एक बहुत 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 प्यारी सिस्टर आ एदा दराणी सणिया करदियां नहीं हैगी जिदा तू मेरे लिए हेल्प कर रही है तैनु पता है इस गल दा कोई नहीं करदा आई एम सो लकी कि मेनू तू मिली थैंक यू दीदी सही हो एदा प्यार बना रहे तो बहुत घट लोगों का प्यार है एदा वैसे नाले तैनु मेनू ये दस कौन कहंदा तैनु तू काम नहीं करदी मैं कहया सी पुत मैनू कोई पता नहीं सीगा भी एदे करके ही तेरा इथे तक काम वधिया मम्मी थानु पता जे ए मेरी इतनी मदद ना ना करदी ता आज मेरी तनख्वाह इतनी नहीं सी होनी मैनू बिल्कुल नहीं सी पता इस गल दा हुण मैनू पता लग गया कि जे ए काम करदा काम संभालदी सी ता तू बाहरों लेउंदी सी हां बिल्कुल सही गल आ ए ना सोचो भी जे कोई घरे काम कर रिया ते ओ काम नहीं करदा जेड़े ऑफिस जांदे ओही ऑफिस जांदे आ इस करके असीं कहने आ झाड़ू पोचे बर्तन कपड़े रोटी बनानी पहली गल जे काम वाली भी ला दी ना झाड़ू पोचे कपड़िया रोटी किचन का ही नहीं मुकदा निके निके सौ काम होंगे ने सवेर तो उठ के रात तक पैण तक काम नहीं खत्म होंगे क्योंकि बिमारी का कुछ नहीं पता लगता कदों कुछ हो जाता वा इसलिए यार हमेशा खुश खुश रहा करो जिन्ना हो सकता रल के रहो परिवार के नाल अपना प्यार बना के रखो ताकि सारे नूं खुशियां मिल सकन क्योंकि छोटी छोटी खुशियां विच ही बहुत वड्डी वड्डी खुशियां ने ਨਾਲੇ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਜਿਹੜਾ ਬਾਹਰ ਕੰਮ ਕਰਨ ਜਾਂਦਾ ਜ਼ਰੂਰੀ ਹੈ ਵੀ ਉਹੀ ਕੰਮ ਆ ਘਰ ਦੇ ਵਿੱਚ ਵੀ ਬਹੁਤ ਕੰਮ ਹੁੰਦੇ ਆ ਤੇ ਨਾਲੇ ਜਿਹੜੀ ਦਰਾਣੀ ਜਠਾਣੀ ਦੇ ਵਿੱਚ ਇਦਾਂ ਪਿਆਰ ਆ ਨਾ ਕਿ ਇੱਕ ਜਾਣੀ ਬਾਹਰ ਕੰਮ ਕਰਨ ਜਾਂਦੀ ਤੇ ਦੂਜੀ ਘਰੇ ਘਰ ਕੰਮ ਕਰਦੀ ਆ ਤੇ ਦੂਜੀ ਨੂੰ ਹੱਥ ਵੀ ਨਹੀਂ ਲਾਉਣ ਦਿੰਦੀ ਨਾ ਤਾਂ ਮੇਨ ਵਿੱਚ ਉਹੀ ਦੇਖਣ ਵਾਲਾ ਹੁੰਦਾ ਵਾ ਵੀ ਅਸਲ ਵਿੱਚ ਇਹਨਾਂ ਦੇ ਵਿੱਚ ਕਿੰਨਾ ਪਿਆਰ ਆ ਇਸ ਚੀਜ਼ ਦੀ ਵਜ੍ਹਾ ਉਹਨੇ ਕਿਹੜਾ ਉਹਨੂੰ ਪੈਸੇ ਦੇ ਦੇਣੇ ਹੁੰਦੇ ਨੇ ਸਾਰੇ ਬਿਲਕੁਲ ਤੇ ਜੇ ਤੁਹਾਨੂੰ ਸਾਡੀ ਫਿਲਮ ਚੰਗੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਸਾਰੇ ਜਣੇ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ